राशन देते नहीं सी कहिंदे सी कि पहला सौ चुको कि असी वोट इस बंदे नूं पावांगे फिर राशन देना नहीं तो बिल्कुल नहीं देना। आ वेखो जी पिंड पास गए विखे सरपंच माले कोल नजायज हथियार आया वा सारा के चोर जाप्त करके हथियार जमा वा इहदे कोल कित्थों आया वा आ वेखो जी आ सिद्धियां गोलियां मारियां सीधे पैर मारे आ पिंड पास गए खबर जो माले ने माला सरपंच ने माले सरपंच ने क्या मारियां आ वेखो जी ਉਹਦੇ ਘਰ ਫੋਟੋ ਲੱਗਦਾ ਮੈਨੂੰ ਮਿਲੀ ਰਾਸ਼ਨ ਦਿੰਦੇ ਨਹੀਂ ਸੀ ਕਹਿੰਦੇ ਸੀ ਕਿ ਪਹਿਲਾਂ ਸੌਂ ਚੁੱਕੋ ਕਿ ਅਸੀਂ ਵੋਟ ਇਸ ਬੰਦੇ ਨੂੰ ਪਾਵਾਂਗੇ ਫਿਰ ਰਾਸ਼ਨ ਦੇਣਾ ਨਹੀਂ ਤੇ ਬਿਲਕੁਲ ਨਹੀਂ ਦੇਣਾ। ਇਹਨਾਂ ਨੂੰ ਤੀਜਾ ਚੌਥਾ ਚੱਕਰ ਲਵਾ ਲਿਆ ਫਿਰ ਵੀ ਉਹਨਾਂ ਦਿੱਤਾ। ਅੱਜ ਇਹ ਫਿਰ ਸਾਰੇ ਭਰਾ ਰਲ ਕੇ ਗਏ ਕਿ ਚਲੋ ਸਾਡਾ ਰਾਸ਼ਨ ਤਾਂ ਦਿਓ ਜਾਂ ਸਾਨੂੰ ਪਰਚੀਆਂ ਨਹੀਂ ਸੀ ਦੇਣਗੀਆਂ ਪਰਚੀਆਂ ਤੁਸੀਂ ਦੇ ਦਿੱਤੀਆਂ ਰਾਸ਼ਨ ਸਾਡਾ ਇੱਥੇ ਪਿਆ ਕੀ ਗੱਲ ਹੈ ਸਾਡਾ ਰਾਸ਼ਨ ਸਾਨੂੰ ਕਿਉਂ ਨਹੀਂ ਮਿਲਦਾ। ਇਹ ਤਾਂ ਸਰਕਾਰ ਵੱਲੋਂ ਆ ਸਰਕਾਰ ਸਾਹਿਬ ਦੀ ਸਾਂਝੀ ਹੁੰਦੀ ਆ ਉਹ ਕੋਈ ਪਾਰਟੀ ਹੋਵੇ ਸਰਕਾਰ ਇਹ ਜਿਹੜਾ ਰਾਸ਼ਨ ਆ ਸਾਂਝਾ ਆ ਰਿਹਾ ਪਰ ਇਹ ਜਿਹੜੇ ਲੋਕ ਸੀ ਇਹ ਜਿਹੜਾ ਸਰਪੰਚ ਸੀ ਇਹ ਇੰਨਾ ਹੀ ਕਰਵਾਜ ਸੀ ਰਾਤ ਨੂੰ ਸ਼ਰਾਬ ਪੀ ਲੈਂਦਾ ਸੀ ਗੁੰਡੇ ਇਕੱਠੇ ਕਰਦਾ ਸੀ ਔਰ ਲਾਲਾ ਲਾਲਾ ਸਾਰੇ ਪਿੰਡ 'ਚ ਆਉਂਦਾ ਹੁੰਦਾ ਸੀ ਸਾਡੇ ਪਿੰਡ ਦੇ ਵਿੱਚ ਇਹਨੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ ਸਾਰੇ ਲੋਕ ਇਹਨੂੰ ਗਲੀਆਂ ਤੋਂ ਵੇਖ ਕੇ ਡਰ ਕੇ ਅੰਦਰ ਵੀ ਵੜ ਜਾਂਦੇ ਸੀ। ਸਵੇਰੇ ਜਦੋਂ ਇਹ ਰਾਸ਼ਨ ਲਾਈਨ ਗਏ ਜਾਂਦਿਆਂ ਹੀ ਉਹਨਾਂ ਡਾਂਗਾਂ ਕੱਢ ਲਈਆਂ ਇੱਕ ਦੋ ਮਿੰਟ ਬਾਅਦ ਦਾ ਧੋਈ ਆ ਫਿਰ ਗਾਂਡਾ ਕਰ ਡਾਂਗਾਂ ਕੱਢ ਲਈਆਂ ਵੀ ਉਹ ਡਾਂਗਾਂ ਨਾਲ ਕੁੱਟਿਆ ਫਿਰ ਇਹ ਭੱਜੇ ਨੇ ਭੱਜੇ ਦੇ ਮਗਰੋਂ ਗੋਲੀਆਂ ਚਲਾ ਦਿੱਤੀ ਆ ਜਿਹਨਾਂ ਵਿੱਚ ਗੋਲੀ ਵੀ ਇੱਕ ਸਾਡੇ ਵੀਰ ਦੇ ਵੱਜੀ ਆ ਘੱਟ ਤੋਂ ਘੱਟ ਜਿੰਨਾ ਰਿਵਾਲਵਰ ਆ ਸਾਰਾ ਖਾਲੀ ਹੋ ਗਿਆ ਬਾਅਦ ਦੇ ਵਿੱਚ ਗੋਲੀਆਂ ਫਿਰ ਪਾਉਂਦਾ ਉਹਨੇ ਚਿਰ ਨੂੰ ਜਨਤਾ ਇੰਨੀ ਇਕੱਠੀ ਹੋ ਗਈ ਸਾਰੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਇਹਨਾਂ ਕੋਲ ਕੋਈ ਕਣਕ ਪੁੱਛਣ ਘਾੜ ਕੁਛ ਆਇਆ ਮੈਂ ਜਾਂ ਤੇ ਸਾਨੂੰ ਕਣਕ ਦੇ ਦੇ ਤੇਰੇ ਕੋਲ ਆਈ ਆ 32 ਕੁਇੰਟਲ ਕਣਕ ਆਈ ਆ ਕਿਉਂਕਿ ਮੈਂ ਡੀਪੂ ਹੋਲਡਰ ਤੋਂ ਉੱਥੋਂ ਬਲਵੀਰ ਸਿੰਘ ਸਰਦਾਰ ਤੋਂ ਪੁੱਛ ਗਿਆ ਸੀ ਉਹਨੇ ਤੁਹਾਡੀ ਸਾਰੀ ਗਈ ਹੋਈ ਉਹਨੇ ਉੱਥੇ ਰੱਖੀ ਆ ਮੈਂ ਪੁੱਛਿਆ ਤੇ ਪਹਿਲਾਂ ਤਾਂ ਆਉਂਦਾ ਮੈਂ ਇਤਰਾ ਉਹਨੂੰ ਦੇਣੀ ਜਿਹੜਾ ਕਾਰ ਤੂੰ ਤੇ ਦੂਜੇ ਬੰਨੇ ਤੇਰਾ ਕਰਦਾ ਮਹਾਂ ਇਹ ਨਹੀਂ ਗੱਲ ਹੁੰਦੀ ਮਹਾਂ ਕੱਲ੍ਹ ਤੂੰ ਘਰੋਂ ਦੇਣੀ ਆ ਮੈਂ ਇਹ ਗੱਲ ਕੀਤੀ ਆਂਦਾ ਗੜਮ ਉਹ ਤਾਂ ਮੇਰੇ ਨਾਲ ਹੋਰ ਤਾਂ ਗੜਮ ਇਹਨੇ ਕਹਿੰਦਾ ਜਾਂ ਜਿਹਦਾ ਮਰਜ਼ੀ ਫੜਦਾ ਗੜਮ ਨੇ ਮੈਨੂੰ ਗਾਲ ਕੱਢੀ ਆ ਗਾਲ ਕੱਢ ਕੇ ਇਹਨਾਂ ਦਾ ਅੰਦਰੋਂ ਟੱਪਰ ਸਾਰਾ ਆਣ ਕੇ ਇਹਨਾਂ ਸਾਡੇ ਦੋਵਾਂ ਦੇ ਗੱਲ ਪੈ ਗਈ ਮੁੜ ਕੇ ਇਹ ਵੀ ਨਾਲ ਗਈ ਇਹਨਾਂ ਮੁੜਕਿਆਂ ਅੰਦਰੋਂ ਆਣ ਕੇ ਇਹਨੇ ਅੰਦਰੋਂ ਆਉਂਦੇ ਹਰ ਇਹਨੇ ਸਾਡੇ ਤੇ ਗੋਲੀਆਂ ਚਲਾਉਣ ਲੱਗ ਪਿਆ ਇਹਦੇ ਆਣ ਕੇ ਇਹਨੇ ਇਹਦੇ ਮਾਰੀ ਆ ਉਹ ਅਸੀਂ ਸਾਡਾ ਰੱਬ ਪਹੁੰਚਾ ਗਿਆ ਸਾਨੂੰ ਤੇ ਪਰ ਉਹਨੇ ਆਪਦੇ ਨੂੰ ਕੋਈ ਸਪੈਸ਼ਲ ਨਹੀਂ ਛੱਡੀ ਮੁੜ ਕੇ ਤਾਂ ਵੀ ਲਲਕਾਰੇ ਮਾਰਦਾ ਰਿਹਾ ਕਿੰਨੇ ਫੇਰ ਕੀਤੇ ਨੇ 6 ਤੇ 6 ਗੱਡੇ ਆ ਉਹਨੇ ਨਾ ਪਸਤੌਲਾ ਆਪਦਾ ਨਹੀਂ ਇਹਦਾ ਪਸਤੌਲੇ ਦਾ ਇਹਨੂੰ ਆ ਕੇ ਬਾਂਹ ਖੜੀ ਕਰਕੇ ਆਖਦੇ ਰਾਜੇ ਪਸਤੌਲਾ ਇਹਨੇ ਸਾਡੇ ਪਿੰਡ 'ਚ ਕਿੰਨੇ ਪੈਸੇ ਖਾਧੇ ਮੈਂ ਆਹਨਾ ਸਾਰੇ ਦੇ ਦੱਸਦਾ ਇਹਨੇ ਜੇ ਗਿਣ ਲਓ ਕਿਸੇ ਨੂੰ ਕਣਕ ਨਹੀਂ ਕਿਸੇ ਦਾ ਕੋਠਾ ਨਹੀਂ ਕਿਸੇ ਦਾ ਕੁਛ ਨਹੀਂ ਕੀਤਾ ਉੱਤੋਂ ਹਾਂਕੜਬਾਜੀ ਇੰਨੀ ਜ਼ਿਆਦਾ ਰਾਤ ਨੂੰ ਇਹ ਆ ਕੇ ਚਾਹਾਂਗਾ ਕਿ ਜਾਣੇ ਨੂੰ ਸ਼ਰਾਬ ਨਾਰੇ ਲਾਉਂਦਾ ਰਹਿੰਦਾ ਅਸੀਂ ਨਹੀਂ ਵੋਟਾਂ ਆਉਂਦੇ ਅਸੀਂ ਵੀ ਪਿੰਡਾਂ ਜਾਂਦੇ ਕੱਲ੍ਹ ਗਏ ਆਉਂਦੇ ਕਾਂ ਦੂਜੇ ਪਾਰਟੀ ਆਉਂਦੇ ਇਹ ਕਦਾ ਚਾਂਗਰਾ ਮਾਰਦਾ ਜੀ ਝਗੜਾ ਹੋਇਆ ਹੁਣ ਮੈਂ ਮੌਕੇ ਤੇ ਪਹੁੰਚਿਆ ਵਾ ਦੋਵਾਂ ਧਿਰਾਂ ਤੋਂ ਪੁੱਛ ਗਿੱਛ ਕਰ ਰਹੇ ਆ ਜੋ ਇਹਦੇ ਵਿੱਚ ਜਿਹੜਾ ਇਸ ਪਾਰਟੀ ਦਾ ਅਲੀਗੇਸ਼ਨ ਆ ਵੀ ਸਾਡੇ ਅਸੀਂ ਕਣਕ ਲੈਣ ਕਣਕ ਦੀਆਂ ਪਰਚੀਆਂ ਲੈਣ ਗਏ ਸੀਗੇ ਉੱਥੇ ਇਹਨਾਂ ਦਾ ਲੜਾਈ ਝਗੜਾ ਹੋਇਆ ਇਸ ਨੂੰ ਇਹਨਾਂ ਦੀ ਜਿਹੜਾ ਵਾ ਤਸਦੀਕ ਕਰਾਂਗੇ ਵੀ ਉਹ ਫਾਇਰ ਆਰਮ ਜਿਹੜੀ ਖੋਲ ਆ ਆਏ ਕਿੱਥੋਂ ਨੇ ਜਿਸ ਦੇ ਵੀ ਖੋਲ ਹੋਣਗੇ ਜਾਂ ਜਿਹਦੇ ਵੀ ਹੋਣਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਹੁਣ ਇਸ ਸੰਬੰਧੀ ਜਿਹੜੇ ਆ ਬੰਦੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਜਾ ਚੁੱਕੇ ਹਾਂਜੀ ਹਾਂਜੀ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ ਜੋ MLR ਮੁਤਾਬਕ ਉਹਨਾਂ ਦੇ ਬਿਆਨ ਮੁਤਾਬਕ ਤੇ ਜੋ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਸੱਚ ਸਾਹਮਣੇ ਆਏਗਾ ਉਹਦੇ ਮੁਤਾਬਕ ਕਾਰਵਾਈ